ਯਾਦ ਰੱਖਣਾ ਮੇਰੀਆਂ ਭੈਣਾਂ ਧੀਆਂ, ਤੁਸੀਂ ਇੱਕ ਨਸਲ ਦੀ ਜ਼ਿੰਮੇਵਾਰ ਹੋ, ਪਰਦੇ ਤੇ ਕੰਪਰੋਮਾਈਜ਼ ਨਾ ਕਰਨਾ। ਗੈਰ ਮਾਰਮ ਵੇੜੇ ਚਾਹੁੰਦਾ ਵੀ ਇੱਕ ਦੇ ਮੂੰਹ ਲੁਕਾ ਲੈ ਸੇ ਨਾ, ਦੂਏ ਦੇ ਇਨਸ਼ਾਅੱਲਾ ਆਪ ਵੇੜੇ 'ਚ ਕਦਮ ਨਾ ਰੱਖ ਸੀ। ਔਰ ਇਹ ਪਰਦਾ, ਇਹ ਚਾਦਰ, ਤੁਸੀਂ ਤਾਂ ਸੌਖੀਆਂ ਬੈਠੀ ਹੋ, ਤੁਹਾਨੂੰ ਹੁਣੇ ਤਰੇ ਲੱਗਣੀ ਹੈ, ਤੁਹਾਡੇ ਵਿਰਾ ਪੁੱਤਰਾਂ ਜਾ ਕੇ ਪਾਣੀ ਪਿਲਾ ਦੇਣਾ, ਤੇ ਜੇ ਦੁਆਨ 1500 ਮੀਲ ਬਿਨ ਚਾਦਰ ਦੇ ਵਿਰਾ ਦੇ ਕਾਤਲ ਨਾਲ ਤੁਰਨਾ ਪੈ ਜਾਵੇ। ਔਖਾ ਨਾ, ਬੜਾ ਔਖਾ, ਨਾਮੁਮਕਿਨ, 1500 ਮੀਲ ਉੱਠਾਂ ਦਾ ਸਫ਼ਰ। ਜ਼ਿੰਦਗੀ ਵਿੱਚ ਨਮਾਜ਼ ਨਾ ਕਦਾ ਕਰੀ। ਅਮੀਰ ਅਲ ਮੁਮਿਨ 63 ਸਾਲ ਅਲੀ ਅਲੈਹਿ ਸਲਾਮ ਇੱਕ ਗੱਲ ਨਹੀਂ ਮਨਵਾਈ ਅੱਲਾਹ ਦੀ ਬਾਰਗਾਹ 'ਚ, ਇੱਕ ਗੱਲ ਵੀ। ਗੱਲ 'ਚ ਰੱਸੀਆਂ ਪਾ ਲਈਆਂ ਨੇ ਅਲੀ ਚੁੱਕ। ਅਲੀ ਅਲੈਹਿ ਸਲਾਮ ਤੋਂ ਪੁੱਛਿਆ ਢੇਰ ਤਕਲੀਫ਼ ਪੂਰੀ ਜ਼ਿੰਦਗੀ 'ਚ ਕਿੱਥੇ ਹੋਈ, ਫਰਮਾਇਆ ਮੈਂ ਵੇਖਦਾ ਰਿਹਾ ਤੇ ਜ਼ਹਰਾ ਮਰੀਂਦੀ ਰਹੀ। ਅੱਲਾਹ ਵੀ ਯਾਰ ਸ਼ਾਇਦ ਮੌਲਾ ਤੇ ਰਤਾ ਕਰੀ, ਮੈਂ ਵੇਖਦਾ ਰਿਹਾ ਤੇ ਲੋਕ ਹਸਨੈਨ ਦੀ ਮਾਂ ਨੂੰ ਮਰਿੰਦੇ ਨੇ। ਫਰਮਾਇਆ ਮੈਂ ਜ਼ਹਰਾ ਵੀ ਹਾਂ ਪਰ ਅਲੀ ਦੇ ਗੱਲ 'ਚ ਰਸੀਆ ਵੀ। ਇਮਾਮੇ ਸਜਾਦ ਤੋਂ ਪੁੱਛਿਆ ਨੇ ਢੇਰ ਤਕਲੀਫ਼ ਕਿੱਥੇ ਹੋਈ, ਤੋ ਮੌਲਾ ਫਰਮਾਇਆ ਸ਼ਾਮ। ਦੱਸੋ ਕੁਰਾਨ ਸਿਰ ਤੇ ਰੱਖ ਕੇ ਦੱਸੋ, ਹਰ ਅਲੀ ਦੇ ਮਲੀ ਉੱਲਾ ਦੇ ਨਾਲ ਮੇਰੀ ਗੱਲ ਹੈ, ਸਿਰ ਤੇ ਕੁਰਾਨ ਰੱਖ ਕੇ ਦੱਸੋ ਭਾਈਓ, ਸ਼ਾਮ ਦੇ ਰਾਤ ਅਲੀ ਦੀਆਂ ਧੀਆਂ ਕੋਈ ਨਮਾਜ਼ ਕਦਾ ਕੀਤੀ? ਬੋਲੋ ਯਾਰ, ਕੋਈ ਕੀਤੀ ਹੈ ਕਦਾ? ਤੇ ਸਿਰ ਤੇ ਚਾਦਰ ਹੈ, ਹੱਥ ਆਜ਼ਾਦ ਹਨ, ਵੁਜ਼ੂ ਵਾਸਤੇ ਪਾਣੀ ਹੈ, ਪਰਦਾ ਸਾਇਆ ਹੈ। ਇਮਾਮ ਸਜਾਦ ਸ਼ਾਮ ਦੇ ਰਾਤ ਫਰਮਾਇਆ ਮੇਰੀਆਂ ਪੁੱਤੀਆਂ ਬਿਨ ਪਲਾਨ ਉੱਠ ਦੀ ਕੰਢ ਤੇ ਨਮਾਜ਼ ਸ਼ਬ ਵੀ ਕਜ਼ਾ ਦੀ ਕਹਿੰਦੀ ਹਾਏ ਨਿਕਲੇ ਮੌਲਾ ਕਬੂਲ ਫਰਮਾਵੇ। ਮੈਂ ਸੋਚਦਾ ਰਹਿੰਦਾ ਅੱਲਾ ਜਾਣੇ ਅਲੀ ਦੀ ਧੀ ਸਜਦਾ ਕਿਵੇਂ ਕੀਤਾ, ਅੱਲਾ ਜਾਣੇ। ਇਮਾਮ ਸਜਾਦ ਨੇ ਸਲਾਤ ਵ ਸਲਾਮ ਔਰ ਇਤਨਾ ਮਾਰਿਆ ਨੇ ਉਸ ਉੱਠ ਨੂੰ ਜਿਸ ਤੇ ਪਾਕ ਸ਼ਹਜ਼ਾਦੀ ਆ, ਇਤਨਾ ਮਾਰਿਆ ਨੇ ਕਿ ਮੂਸਲ ਦੇ ਪਹੁੰਚਦਿਆਂ ਤਾਂ ਹੀ ਉਸ ਉੱਠ ਦੇ ਮੂੰਹ 'ਚ ਖੂਨ ਹੀ ਖੂਨ, ਖੂਨ ਹੀ ਖੂਨ। ਡੇਰੇ ਦਾਰ ਬੰਦੇ ਬੈਠੇ ਹੋ, ਇੱਕ ਲਫ਼ ਕਰੂ ਰੱਖਾ, ਖੂਨ ਹੀ ਖੂਨ ਮੂੰਹ 'ਚੋਂ। ਤੇ ਨਾਲ ਲੈ ਉੱਠਾ ਕੇ ਆਖਿਆ ਇਤਨੀ ਮਾਰ ਝੱਲੀ ਗਈ, ਤ੍ਰਿਖਾ ਕਿਉਂ ਨਾ ਟੁਰਦਾ? ਇਮਾਮ ਸਜਾਦ ਰੱਦ ਰੋ ਪਏ ਆਪਣੀ ਜ਼ਬਾਨ 'ਚ ਪਿਆਦ ਹੈ, ਮਰਿੰਦੇ ਉਸੇ ਲਈ ਅੰਜ ਦਾ ਜ਼ੈਨਬ ਨਮਾਜ਼ ਪੜ੍ਹਦੀ ਹੈ। ਵਾਹ ਵਾਹ ਆਦਮ, ਮੈਂ ਤ੍ਰਿਖਾ ਕਦਮ ਚਾਵਾਂ ਤੇ ਨਾਲ ਮਾਲਾ ਫਿਰਾ ਹੈ ਕਈ ਯਾਰ। ਆ ਮੇਰਾ ਮੌਲਾ, ਆ ਮੇਰਾ ਮੌਲਾ, ਮੌਲਾ ਕਿਸੇ ਦਾ ਮੁਹਤਾਜ ਨਾ ਕਰੇ ਮੇਰੀ ਦੁਆ। ਤੁਸੀਂ ਜਵਾਨੋ ਨਾ ਕਿਸੇ ਦਾ ਕਰਨਾ, ਮੌਲਵੀ ਦੀ ਗੱਲ ਛੋੜੋ, ਇਸ ਵਜ੍ਹਾ ਤੁਸੀਂ ਨਮਾਜ਼ ਨਹੀਂ ਛੋੜਨੀ, ਮੈਂ ਅਲੀ ਦੀ ਧੀਆਂ ਉੱਠਾਂ ਦੀ ਕੰਢ ਤੇ ਕਰੂੰ। ਸੈਯਦੂ ਸਾਜਦੀ ਸ਼ਾਮ ਦੇ ਬਾਜ਼ਾਰ ਹੀ ਸਜਦੇ, ਸ਼ਾਮ ਦੇ ਬਾਜ਼ਾਰ ਤੁਹਾਡੇ ਵਾਸਤੇ ਸਜਦੇ ਕੀਤੇ ਨਾ, ਕੀ ਇਸ਼ਕ ਕੀਤਾ ਇਸ ਵੇੜੇ ਤੋਹੀਦ ਨਾਲ, ਪੂਰੀ ਚਾਦਰਾਂ ਲੁਟਾ ਦੇਣੀ ਆ। ਪੁੱਤਰ ਤਾਂ ਬੰਦੇ ਸੰਗਤਾਂ ਪਿੱਛੇ ਮਰਾ ਲੈਂਦੇ ਨੇ, ਕੋਈ ਧੀਆਂ ਤਾਂ ਨਹੀਂ ਨਟਵੇ। ਮੌਲਾ ਮੈਂ ਕੋਈ ਡਰਾਵਣ ਵਾਸਤੇ ਮੌਲਾ ਪੁੱਛਣਾ ਚਾਹੁੰਦੇ ਆ, ਸਾਡਾ ਦਿਲ ਅਸੀਂ ਤੁਹਾਡੇ ਨਾਲ ਰੋਵੀਏ। ਇਮਾਮ ਫਰਮਾਇਆ ਮਾਰਿਆ ਤਾਂ ਸ਼ਾਮ ਵਾਲਿਆਂ ਢੇਰ ਹੈ, ਪਰ ਜਿਹੜੀ ਬਦਦੁਆ ਹੈ ਨਾ ਉਹ ਅਸਾਂ ਕੂਫੇ ਵਾਲਿਆਂ ਨੂੰ ਕੀ ਹੈ? ਮੌਲਾ ਕੂਫੇ ਵਾਲਿਆਂ ਨੂੰ ਬਦਦੁਆ ਤੇ ਸਤਾਇਆ, ਫਰਮਾਇਆ ਸਤਾਇਆ ਸ਼ਾਮ ਵਾਲਿਆਂ ਢੇਰ ਤੇ ਬਦਦੁਆ ਇਮਾਮ ਫਰਮਾਇਆ ਉਹ ਕੂਫਾ ਵਾਲਿਆਂ ਨੂੰ। ਮੌਲਾ ਢੇਰ ਫਿਰਾਇਆ ਕਹਿ, ਇਮਾਮ ਫਰਮਾਇਆ ਫਿਰਾਇਆ ਸ਼ਾਮ ਵਾਲਿਆਂ ਢੇਰ ਤੇ ਬਦਦੁਆ ਇਮਾਮ ਫਰਮਾਇਆ ਬਦਦੁਆ ਕੂਫਾ ਵਾਲਿਆਂ ਨੂੰ ਦਿੱਤੀ। ਮੂੰਹ ਤੇ ਪਿੱਟ ਕੇ ਪਿਆ ਦਾ ਮੌਲਾ ਮਾਰਿਆ ਸ਼ਾਮ ਵਾਲਿਆਂ ਢੇਰ, ਫਿਰਾਇਆ ਸ਼ਾਮ ਵਾਲਿਆਂ ਢੇਰ, ਸਤਾਇਆ ਸ਼ਾਮ ਵਾਲਿਆਂ ਢੇਰ, ਬਦਦੁਆ ਕੂਫਾ ਵਾਲਿਆਂ ਨੂੰ ਕਿਉਂ ਦਿੱਤੀ? ਮੁਖਲੀ ਇਸ ਲਫ਼ਜ਼ ਤੇ ਮਜਲਿਸ ਤੜਪੇ ਸਜਾਦ ਰੋ ਕੇ ਪਿਆ ਦੇ, ਕਿਉਂਕਿ ਕੂਫਾ ਵਾਲੇ ਜਾਣਦੇ ਹਨ ਜੋ ਇਹ ਜ਼ੈਨਬ ਹੈ। ਸ਼ਾਮ ਵਿੱਚ ਕੋਈ ਜਾਣਦਾ ਹਾਂ, ਕੋਈ ਨਾ ਜਾਣਦਾ ਭਲਾ ਵੀ ਯਾਰ ਜੇ ਹੈ ਕੀਤੀ ਹੈ। ਸ਼ਾਮ ਵਿੱਚ ਕੋਈ ਨਾ ਜਾਣਦਾ ਕੂਫੇ ਦੀਆਂ ਔਰਤਾਂ ਦੀਆਂ, ਹਾਂ ਪੱਥਰ ਮਾਰੋ ਅਲੀ ਦੀਆਂ ਧੀਆਂ ਆ ਗਏ। ਮਰਹਬਾ ਮਰਹਬਾ ਮਰਹਬਾ, ਚੱਲ ਆਪਣੇ ਕੰਮ ਵਿੱਚ ਨਾ ਰੋ, ਪਹਿਲਾਂ ਮੈਂ ਨਹੀਂ ਖਾਈ ਕਰਦਾ ਸਰ।
امام سجاد علیہ السلام میں پوریا پورا مہینہ مہینہ امام سجاد علیہ السلام کے سوانح حیات پڑھی ہے, پورے پورے مہینہ ہے. پچھلا مہینہ بھی مولا دی عبادت دے گزریا کہ عبادت کیسی ہے سید سجاد علیہ السلام دی, پر جتنے دکھ ویکھے نے امام سجاد جتنے دکھ مارتے بھی بڑا ہوں. اجے مصائب نہیں پڑے گئے امام سجاد علیہ السلام دے جو کتابوں لکھے گئے ہیں. سارا دن زندان دے بازار وچ نپیوت پتر مٹی تے بیٹھے رہے. جلال پور والے ایک بڑا مقام ہے اس جگہ کا, جلال پور کا. بڑے بڑے بزرگ ہستیاں نے اتنے خدمات انجام دیتیاں, مذہب حقا دیا. وہ بڑی محترم جا ہے, میں ایک لفظ آخنا ہے, دل دکھے تو میں معاف کرے آئے, لیکن ہے حقیقت. سارا دے پیو پتر بیٹھے رہتے ہیں, ڈیرے دار بندے بیٹھے ہو. پہلی گل تو اس بازار چ لگتا کوئی نہ بھی متا سجاد کچھ مانگ نہ لائے. وہ میں دارے قربان کر پہلی گل کہتی ان دن ضرورت مند. ایک روایت نے کوئی مضمون دا وقت میں ایک روایت پہ بیان کرتا. ایک عورت ہے, ایک اس دا شوہر ہے, روزانہ اس بازار چ لگ دے ہیں دو میں جائیں. وہ مرد زندان تو دور کھلوں گا ہے, وہ جڑی عورت ہے نا عورت, وہ آ کے ایک نظر امام سجاد علیہ السلام نے دیے, باقی جتنا دیر کھلوں دیے وہ محمد باقر علیہ السلام سر تو پیرا پہ ویٹ گرا ویکھی دین واسطے کی کچھ کی تال رسول کچھ بولنا چاہتی ہے بول نہیں سکتی. پھر وہ شوہر آدھا دیں لاندا پہ آ گھر چلیے. دوسرے دن تیسرے دن جب چوتھے دن آئیے نا, وہ بڑھڑا ٹر دو امام سجاد کو لایا. قیدی قیدی جی, میری زوجہ تڈے نال کوئی گل کرنا چاہتا. امام فرمایا اٹھ ہی نہیں سکتا جو موت کھا گیا. تو اس نے بلا, واہ واہ اس نے بلا. اتنے جب سامنے آئیے نال پاس بہ گئی قیدی, میرا سلام. گل امام نال کر دیے, ویکھی قیمت کی دیتی ہے دین دی. ویدی امام محمد باقر علیہ السلام والے پاس ویک کے پیا دیے قیدی بڑا سونا قرآن پڑھتا ہے, بڑا ہی سونا تو قرآن پڑھیا ہے, میں بازار تو سنن لگی ہاں بس جا نہیں کہ لبدی پہ پتہ نہیں تن قید کیڑی جات کیتا نے. بڑا اوکھا پوچھ پوچھ کے سی اس مقام تک آیا. قیدی بڑا ہی سونا قرآن پڑھتا ہے سیدہ دے الحمدللہ. اے قیدی قرآن جو پڑھتا ہے ویدی محمد باقر مقدی مدلے سکھائیں آج بھائی ہیں. قیدی قرآن سونا پڑھتا ہے, کوئی دین دے مسئلے بھی جانتا ہے. بڑے کام میں شطر دہائی کر لی جدا کہ نا مسئلے بھی جانتا ہے. امام فرمایا ہاں پوچھ, کیا پوچھنا چاہنی ہے؟ تیرا دل نہ ہلیا میں تھوڑا جو دکھ ضرور ہو سی, بندے تا قدردان ہن کیوں آہ نہ نکلی. ہاتھ بن کے پیا دی ویدی محمد باقر علیہ السلام والے ہاتھ بن کے پیا دی قیدی, دین غلام خریدنا تے فروخت کرنا اس کی کیا اہمیت ہے؟ تڑپیا سجاد کہ سیدہ دے آکھنا کیا چاہتی ہے؟ سارے دی ہائے نکلے پیراں تے ہاتھ لا کے پیا دی پوتر بھی چینا ہے سیدہ دے اللہ دین بچیا یا کوئی نہ. واہ 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 بھلا بھی یار امام زمانہ تیری ہائے قبول فرماوے. کربلا دمو کر کے پیا دے بابا پتران مول لگ گئے نہیں بھلا بھی یارو بے وسطڑ پڑا لگدار سیدہ دے چاچا ابا ساوے گھمچڑے رول گئے نہیں تڑپ کے ہائے کرنا لا قدما تے جھن پئی ہاتھ بان کے پیا دیے قیدی تیرے رواں کان تا گل نہیں کیتی میری آل وکھی آئے او گل کردی رہی ہے سجاد پتر نو مٹیاں تو چایا چاہ کے امام زندان دے اندر تو رین پچھوا باہر نب کے پیا دیے گل تا سن لے سجاد دے دامن چھوڑ ہکو رہ گیا ہے. اللہ مان تیرے جگر بھی ہائے سیدہ دے نروا چالی ویڑے جو ہکو اوکھی دعا منگ لیو ہے وقت امام نو پرسا دیو رو بنا لیو تیری ہائے نکلی ہے پیراں دے ہاتھ لائے یا محمد باقر دن بابا لہا پتر نو لہایا تے نکے نکے ہاتھ بن کے پیا دے بابا آدی جو ہے مینوں ویچ چھوڑ گلیاں چ ماتم کرنا ہے تڑپ کے سید سجادہ دن ہے باقر لال قیدا نبھا نبھا تھک پیا سم سم مٹیاں
سی ہے شام دے بازار چوما زینب دا برقع او اج کتنی دیوار چادر بغیر نماز واہما پھر تے ماتم دا پر صاحب مانیا اس واسطے آواز آندے اللہ میں صدقیوں میں روندہ ہو جنگا کئی نقصان ہوئی ضعیفہ مٹی تے جھن پئی رنگ ہو رہے مسائب دا مٹی تے جھن پئی ہے تے ہاتھ بن کے پیا دیے پیو پتر گال تا سن لو جے پتر چوے چے آتری اکے دا چھوٹ بننا سیادہ دے پتر وے چننال کیوے چھوٹ دیا نا دیے پتر میں چھدے پیسے تن دینیا تیرے پتر نو گھر لے ویسا جیڑے نکی اولاد آلے اور رو کے پیا دیے سارے تو پہلے اندے زخمہ ڈائلا اللہ جانے کون مرے نہ رہی ہے چھوڑا منا اللہ کوئی نہ آواز آندی ہے جدہ زخم گھول گئے تیرے پتر نو غسل دے کے زندان دیا مٹیا سر سارے بھائی جیرے کھلوتے ہو سارے شرکت کرنا جتنی توفیق رو لینا امام حسین علیہ السلام نو رو کے پیا دیے جدہ غسل دے سا نواں لباس پویسا نکا دیا سونا دیا عربی اماما میں تیرے پتر دے متھے تے بنسا سیادہ دے وات کیا کرے سے ہن روڑ پے گئی ہے رو کے پیا دیے شام چوکیدار تک نہ کل سا سیادہ دے کن ویسے آ دیے بسم اللہ مدینے میرا پیر سجاد رہ گئے دیکھ کی قیمت دین